ਤਾਰਨ ਖਾ ਤਾਰਨਾ ਕਿੰਨੀ ਆ ਤਾਰਨਾ ਤਾਂ ਰਾਮ ਨਹੀਂ ਹੈ ਨਾ ਪ੍ਰਭੂ ਨੇ ਤਾਰਨਾ ਨਾ ਹੋਰ ਤਾਂ ਸਾਨੂੰ ਕੋਈ ਤਰਨ ਵਾਲਾ ਨਹੀਂ ਕਰ ਠੀਕ ਹੈ ਸਾਖ ਸੰਬੰਧੀ ਭਾਈ ਬੰਧੂ ਗੀਤਾ ਦੇ ਵਿੱਚ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਮਮ ਏਵਮ ਅਮਮ ਮੈਂ ਬਣਾਇਆ ਮੈਂ ਗਵਾਇਆ ਮੈਂ ਸਵਾਰਿਆ ਮੈਂ ਵਿਗਾੜਿਆ ਸੇਜ ਨਾ ਸਮਝੀ ਤੇ ਇਸ ਨੂੰ ਸਮਝੀ ਕੰਡੇ ਉਹ ਲੱਖ ਚੁਰਾਸੀ ਜੂਨਾ ਦੇ ਵਿੱਚ ਬਹੁਤ ਬਣਦੇ ਸੰਡੇ ਬਲਗੀ ਤੇ ਪੁੱਜਦੀ ਚੋੜਨ ਤੈਨੂੰ ਮਗਰੋਂ ਮਾਰਨ ਡੰਡੇ ਸਦਾ ਕਿਸੇ ਰਹਿਣਾ ਨਹੀਂ ਉਹ ਇੱਥੇ ਬੈ ਸਦਾ ਕਿਸੇ ਰਹਿਣਾ ਨਹੀਂ ਇੱਥੇ ਬੈ ਸਦਾ ਕਿਸੇ ਰਹਿਣਾ ਨਹੀਂ ਇੱਥੇ ਕਿਸੇ ਨੇ ਸਾਰੀ ਉਮਰ ਬਹਿਣਾ ਨਹੀਂ ਗਾ ਇਹ ਸੰਸਾਰ ਚ ਤੀਸਰਾ ਹੈ ਬਾਕੀ ਚੱਡਾ ਪਰਿਵਾਰ ਨੇ ਆਪਣੀ ਅਹਿਮੀਅਤ ਸੇਵਾ ਦੇ ਦੁਆਰਾ ਜਿੰਨੀ ਹੀ ਤਾਰੀਫ ਅਧੀਰਸ ਤੇਰੀ ਪਿਤਾ ਦੀ ਚੱਡਾ ਸਾਹਿਬ ਤੁਹਾਡੇ ਭਤੀਜੇ ਦੀ ਕੀਤੀ ਜਾਏ ਅੰਦਰ ਜੀ ਦੀ ਉਹਦੀ ਥੋੜੀ ਹੈ ਤੋ ਬਹੁਤ ਦੁੱਖ ਹੋਤਾ ਹੈ ਬਰਦਾਸ਼ਤ ਨਹੀਂ ਹੋਤਾ ਪਰਿਵਾਰ ਕੋ ਤੋ ਦੁੱਖ ਹੋਤਾ ਹੀ ਹੈ ਲੇਕਿਨ ਜਬ ਕੋਈ ਐਸਾ ਵਿਅਕਤੀ ਜਿਸਨੇ ਸਮਾਜ ਕੀ ਸੇਵਾ ਕੀ ਹੈ ਧਰਮ ਕੀ ਸੇਵਾ ਕੀ ਹੈ ਅਗਰ ਕੋਈ ਐਸਾ ਵਿਅਕਤੀ ਚਲਾ ਜਾਤਾ ਹੈ ਤੋ ਉਸਕੇ ਜਾਣੇ ਕਾ ਦੁੱਖ ਨਾ ਕੇਵਲ ਪਰਿਵਾਰ ਕੋ ਬਲਕਿ ਸਾਰੇ ਸਮਾਜ ਕੋ ਹੋਤਾ ਹੈ ਹਰਿੰਦਰ ਚੱਡਾ ਜੀ ਵੀ ਜਹਾਂ ਪਰਿਵਾਰ ਕੋ ਦੁੱਖ ਹੁਆ ਹੈ ਸਾਰੇ ਸਮਾਜ ਕੇ ਹਰ ਵਰਗ ਸੇ ਲੋਕ ਆਜ ਉਹਨੇ ਸ਼ਰਧਾ ਸੁਮਨ ਅਰਪਿਤ ਕਰਨੇ ਕੇ ਲਈ ਯਹਾਂ ਪਰ ਪਹੁੰਚੇ ਹੈ ਬਹੁਤ ਸੀ ਸੰਸਥਾਓਂ ਕੀ ਤਰਫ ਸੇ ਸ਼ੋਕ ਪ੍ਰਸਤਾਵ ਵੀ ਆਏ ਹੈ ਲੇਕਿਨ ਸਮੇਂ ਕੇ ਕੀ ਮਰਿਆਦਾ ਕੋ ਦੇਖਤੇ ਹੋਏ ਸਿਰਫ ਦੋ ਚਾਰ ਸੱਜਣੋਂ ਸੇ ਮੈਂ ਅਨੁਰੋਧ ਕਰੂੰਗਾ ਕਿ ਵੋ ਆਕਰ ਦੋ ਦੋ ਮਿੰਟ ਕੇ ਲਈ ਸ਼ਰਧਾ ਸੁਮਨ ਅਰਪਿਤ ਕਰੇ ਸਾਡੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ਼੍ਰੀ ਹਰਿੰਦਰ ਚੱਡਾ ਜੀ ਨੂੰ ਸਰਵਾਸ ਹੋਣ ਉਪਰੰਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਰਾਮ ਹਾਲ ਦੇ ਵਿੱਚ ਇਕੱਤਰ ਹੋਈ ਸੰਗਤ ਜੀਓ ਜੈ ਸ਼੍ਰੀ ਰਾਮ ਇੱਕ ਵਾਰੀ ਉਚਾਰਨ ਕਰਨਾ ਜੈ ਸ਼੍ਰੀ ਰਾਮ ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਮ ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਨਹੀਂ ਲੈ ਇਹ ਉਸ ਪਰਮਾਤਮਾ ਦੀ ਰਚਨਾ ਹੈ ਜਿਸ ਵੀ ਪ੍ਰਾਣੀ ਨੇ ਜਨਮ ਲਿਆ ਉਸਨੂੰ ਇੱਕ ਨਾ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ ਵਿਆਸ ਗੱਡੀ ਤੇ ਬੈਠੇ ਪੰਡਿਤ ਜੀ ਮਹਾਰਾਜ ਸਾਹਮਣੇ ਬੈਠੀਆਂ ਮੇਰੀਆਂ ਮਾਤਾਵਾਂ ਭੈਣਾਂ ਭਾਈ ਅੱਜ ਸਾਰੇ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਅੰਤਿਮ ਸ਼ੋਕ ਸਭਾ ਦੇ ਵਿੱਚ ਇਕੱਠੇ ਹੋਏ ਹਾਂ ਜਿਹੜੀ ਭਲਾਇਆ ਨਹੀਂ ਭੁੱਲ ਸਕਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਇਨਸਾਨ ਇਸ ਦੁਨੀਆਂ ਦੇ ਵਿੱਚ ਜਨਮ ਲੈਂਦਾ ਉਸ ਇਨਸਾਨ ਨੂੰ ਇਹ ਕਾਲ ਰੂਪੀ ਮੌਤ ਇੱਕ ਨਾ ਇੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੁਨੀਆਂ ਤੋਂ ਲੈ ਜਾਂਦੀ ਹੈ ਲੇਕਿਨ ਕੁਛ ਇਨਸਾਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਜਾਣ ਦੇ ਨਾਲ ਪਰਿਵਾਰ ਹੋਣੀ ਸਾਰੇ ਸਮਾਜ ਹੋਣੀ ਬੈਠੇ ਪੰਡਿਤ ਜੀ ਮਹਾਰਾਜ ਸ਼ੋਕ ਸਭਾ ਚ ਬੈਠੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਅੱਜ ਲਫ਼ਜ਼ ਨਹੀਂ ਹੈ ਹਰਿੰਦਰ ਚੱਡਾ ਜੀ ਵਾਸਤੇ ਮੈਨੂੰ ਯਾਦ ਹੈ ਜਦੋਂ ਮੈਂ ਆਪਣੀ ਸਟੱਡੀ ਪੂਰੀ ਕੀਤੀ ਤੇ ਇਹਨਾਂ ਦੇ ਵੱਡੇ ਭਾਈ ਮੇਰੇ ਪਿਤਾ ਜੀ ਦੇ ਸਾਥੀ ਬਹੁ ਹੰਸਲਾਲ ਚੱਡਾ ਜੀ ਜਿਨ੍ਹਾਂ ਨੇ ਮੈਨੂੰ ਆਪਣੇ ਘਰ ਬੁਲਾ ਕੇ ਆਪਣਾ ਬਿਜ਼ਨਸ ਹੈਂਡਓਵਰ ਕੀਤਾ ਸੀ ਉਹਨਾਂ ਦੀ ਵਾਈਫ ਹੰਸਲਾਲ ਚੱਡਾ ਜੀ ਦੀ ਮਿਸਿਸ ਚੱਡਾ ਮੈਨੂੰ ਆਪਣੇ ਬੱਚਿਆਂ ਵਰਗਾ ਸਮਝਿਆ ਉਹਨਾਂ ਦਾ ਹੀ ਸਦਕਾ ਸੀ ਮੈਂ ਹਰਿੰਦਰ ਚੱਡਾ ਜੀ ਨਾਲ ਮਿਲਿਆ ਚਲੇ ਜਾਣਾ ਹਰਿੰਦਰ ਚੱਡਾ ਜੀ ਦਾ
जिथे चंदा परिवार जी घाट पई है उत्थे सारे समाज को घाट पई है, क्योंकि मेरे पिता जी चंदा परिवार के जिन्हें भी मुखिया अ सारे बिच नहीं इकट्ठे इन्होंने फार्म से कुल्लू मनाली जाते होंगे सी, जिदे नाल हरिंदर जी उत्थे बजुर्गों की सेवा करते होंगे सी। जिन्हें भी बजुर्ग जो आने उतों फार्म हाउस तो हिमाचल तो कुल्लू मनाली तो यही उन्होंने आके कहना भरोड़ा बास के चंदा जी के मुंडे ने सेवा बहुत की, हरिंदर ने सेवा बहुत की, जान लगे जो भी उत्थेदा इन्हों का तैयार किया हुआ फल फ्रूट वह भी टोकरियां पेटियां देना इतने आके बंटना यह देन बड़िया दिते हुए बड़िया के संस्कार जोड़े भी काउंट करते हैं। चंदा परिवार का नाम हर कि भी जलंधर छड़ के पंजाब कि लै लो नाम है, क्यों नाम है ये प्रिंसीपल का परिवार से अगर कांग्रेस पार्टी ना जुड़े है जुड़े है, हिंदू समाज ना जुड़े है तो जुड़े है। होली थोड़े सामने अमृत जी आज धीरज के साथ साथ नीनू भाई खिट्टू भाई लाला सब यहाँ पर उपस्थित है, भाभी यहाँ पर उपस्थित है, सबका मन भारी है, लेकिन भारी मन के साथ साथ एक बात अवश्य हमें याद रखनी है कि धीरज रखते हुए धीरज बंधाते हुए समाज में अपने पिता की परंपराओं को आगे लेकर चलना है। आप सबका कोटि कोटि धन्यवाद है, आप सबका चंदा परिवार धनी है, आप सबका आभार, जय श्री। Thank you.
गुजरी बातें नामो दिन
अमृत जैसे शब्दों का अध्ययन होता है उससे आपको पता है समुद्र का तारना कितनी है। तारना तो राम नहीं है ना, प्रभु ने तारना ना, और तो सानू को तारन बना नहीं पा। ठीक है, साग संबंधी भाई बंधु गीता दे विच एक संस्कृत का शब्द है मम एवं अमम, मैं बनाया मैं गवाया मैं सवारिया मैं बिगाड़िया, कोई काम ही नहीं होना सी। दसो कुछ काम भी रुके चड्डा साहब, संसार विच दुनिया आ रही है दुनिया जा रही है, शरीरम नाशम आन पंचम भूतालियम, पांच तत्व का बनिया शरीर एक दिन पंजा दे विच बतीत हो जाएगा। अज चड्डा परिवार की ही मिसाल दे रही है, परिवार के सरप्रस्त बैठे आ अविनाश चड्डा जी, इन कहते समाज सेवक। समाज सेवक वो है जिन्हों को किसी चीज का स्वार्थ नहीं। अज सुरेश जी 50 बंदे समाज सेवक है, उन्होंने समाज का ही पता कि सेवक तो एक बड़ी दूर की गल है। रामनौमी शोभा यात्रा शुरू कराने यश जी अविनाश चड्डा जी केदारनाथ जी, अज चड्डा परिवार के सरप्रस्ते श्री अविनाश चड्डा जी सतपाल उमरा जी बेरी परिवार, परिवार का शर्मन कुमार सपुत्र धीरज, धीरज का मतलब कि क्रोध नहीं, क्रोध आ भी जावे तो धीरज धारण कर लेना। मां बाप ने सपुत्र का नाम रखे धीरज। रचना बहुरानी एक संसार की रचना, चड्डा परिवार की बहू घर की मालकन नीलम भाभी, परमात्मा ने बड़ा ज्ञान दिता है बड़ी सोच दिती है। हरिंदर जी ठीक है कि जिन्होंने समाज के विच अपना गुरुत्वा आकाश दियां बुलंदियां थी, जिथे भी कोई काम होना गुलशन जी जाना सुल्तानपुर फगवाड़ा होर भी कई स्थान थे, इन्ना मिठा सुभाव किसी के नाल क्रोध नहीं, किसी के नाल कोई फालतू गल नहीं, अपनी मस्ती विच मस्त है। बेटे को पूछया कि पिता होया की है, क्या बाबू जी को शरीरी कष्ट, ठीक भी हो गया है खार भी लिया, फिर माड़ा पहली गल तो यह कि बीमारी शब्द की है। चार वेद विशेष शास्त्र ते 18 पुराण हुए आज तक उनके बीमारी शब्द नहीं लिखा हो। मारे कहते तेरे पापा का एक रूप धारण करके तेरे शरीर के बीमारियां इकट्ठिया हुई है, मजाक का बहाना है ना। गुरबाणी में एक शब्द आता है जो जो विषे सो सो रोगी, रोग रहत मेरा सतगुरु जोगी। गुरु महाराज कहते जो तू बीजे भी घटना तो वही है, बाकी रोग रहत मेरा सतगुरु जोगी। गुरु महाराज कहते तेरे घर दुख आया भी मैं की लेना, तेरे घर सुख आया मैं की लेना। मेरे साहब दुख भी महाराज कहते तेरे ते सुख भी तेरे, जब तक सोई पूरी बायलेंस
मन की एक रीस सी। मैं धीरज को पूछिया भाई पोता भी होया कहते पंडित जी ने एक है मन की एक आस पूरी हो जाए तो बंदा जिंदगी के सारे सुख प्राप्त कर बहाना बन गया। डॉक्टर ने कहा डेथ घर के लिया के लटाया जी चले गया जी चड्डा परिवार के होनहार हरिंदर जी पर गए कितने आ बेटा पिता तेरा खाते सुता पिया है पर जगाते क्यों नहीं गए जागने वाली चीज कहड़ी है कितने चले गए कितने गैप हो गए मारे की कहते जिस अलौकिक शक्ति को सानों उस अलौकिक शक्ति के अंश मिले से ना वह महाशक्ति निकले सैकल साहब इधर प्राणों बाहर निकले किसी ने देखे सज्जन आ रहे हैं सज्जन जा रहे हैं अवनीशी नजर आते हैं इधर प्राणों निकलदिया किसी ने देखा मारे कहते प्राण चले कितने गए मुख नक कन्न अख ये प्राण निकलने के साधन है सूक्ष्म रूप के द्वारा एक आई जुगत विहाई तीन चेले परवान एक संसारी एक भंडारी एक लावे दीपान जो उस मालक ने सानू रोवर नरक के अलौकिक शक्ति के अंश दिते महाशक्ति वलीन हो गए शरीर चंद खड़िया नहीं खर रखते बेटे की ड्यूटी लग गई अच्छा सपुत्र क्यों मंगनी है बेटियां दुख दें शास्त्र कहते हैं एक बेटाए ब्रह्माहे मुखम एक पुत्र भी लैट निकल आवे तो सारे कुल जेड़ा धीरज शर्मन कुमार लाइक गुरु महाराज की कृपा पुराने वस्त्र त्यार एक शव यात्रा कमी यह है कि जिस वक्त प्राणी प्राण त्याग लिया है उस वक्त सारा कोई जोर नहीं चलता वाकफी तो साधी पर गुरु महाराज कहते साढ़े नाल भी रख लै वो अकाल पुरख ने कहा तू साडे नाल भी रख लै परमात्मा कहते साडे नाल भी रख लै शब्द दस्या ना कि राम नाम तेरा तारन हार उस राम के नाल उस परमात्मा के नाल तू आपका लक्ष्य है प्राप्त हो जाए उठा लो जी राम नाम सत है कितना हार श्रृंगार करने हैं कितनी अच्छे कपड़े पाने हैं ये शब यात्रा जा रही असली यात्रा ये दसी है आप जिन्हें मर्जी बुजुर्ग हो जान जिस बेटा अग्नि का नाम दिता उनकी अखा में आंसू अपने आप अपने अथरू ठक लै बंदे उन्हें फिर नहीं आना नहीं जिड़ी जग तो गए सवाली असा भी एक दिन तुर जान इन्हें जेड़े आ सकता हाँ ये गल है असि रोंदे जिलाने बदलाव करते हुए उन्होंने जिस वक्त समय आएगा मगर चलेगा गुरु महाराज जी कर पांच पिंड पहले वाले चार पिंड चौथे वाले अठ बलिया पंडित जी आओ गर्भ प्राण की गाथा एक गल मनी पैगी जीरा भाभी ने कहा कि पंडित जी विधि विधानता के अनुसार एक गल मन के हमेशा याद रखना नाल कुछ नहीं जाना तुसी करोड़ा रुपया के दान दे रहे हो वो तुहाडी निश्चित फल है जब तक तुसी अपनी पितरियां का तर्पण नहीं करो वो पैसे नाल नहीं होना तर्पण जरा तो समय करना गर्भ प्राण की गाथा के अनुसार कर आए हरिद्वार के अस्थियां जल प्रवाह जिस तरह गर्भ प्राण के बेटी ने दसिया है धीरज पुत्र ने उस तरह के नाल अस्थियां जल प्रवाह कुशाघार के आगे दस पिंड अस्वेरे सोलह पिंड किरिया चार पिंड सह पिंडी बेटा तेरे पिता का पिंड कितने जाके मिले है तेरे दादे विच तेरे पड़दादे विच तेरे बृद्ध पिता विच
जब तक पिंडे पिंडा में बिठा के नहीं पियांगे तब तक मारे झंडे या प्राणी खाते तो कभी बात नहीं आ सकता। रात को आम के सपने में दुख देता है प्राणी तो की मंगता है, वो कहता है कर्म करवा। सतनाम सिंह बेटा ये अटकी गल होती जे असी बुजुर्गों का दर्पण करवा देता है गया जी विच जा के नारायणी बलि करवाना उथे नहीं करवा सकते पहेरे फलगु फिर भी मन वाले की आत्मा जी है वो शांत हो जाती है। सत्संग एक क्रिया नहीं होती इस संग के द्वारा कौन न निपियो साथ कहो नानक इस विपत में टेक एक नौवीं पाशी शब्द है गुरु महाराज ने की किया सी नाम है कहो को देख है नाम है कहत मान कहे नानक सुनरी मनान को न थंगाओ। जो उस अकाल पुरख ने करना है वो करके दिखा देना है। गुरु तेग बहादुर महाराज जी ने किया सी प्राण दे दिया गे जींदिया ने सबे ते मोया का कोई ना। जब तक बंदा जिंदा है कहता मेरा इस वक्त मर जाता है सारे रिश्ते छुट गया इतने बैरा नहीं सारी उम्र किसी ने पंजाब मरले सौ मरले माखर मार पे कमा रहे हैं वो इतने रह जाते हैं कि मेरा जम गया पता नहीं काम नहीं हो इतने बैसदा किसे रहना नहीं हो कोरम बेली यार मेरी कोरम बेली यार मेरी ना किसे नहीं जाना एक बैसदा अवश्य ही भावी भावा नाम ओन हार अगर किसी भी ताकत हुए मरिया हुआ इंसान जिंदा हो सके भगवान राम जी कभी दुखा प्राप्त न करे राजा नर उन्हें कोई कभी दुख ना आने धर्म राज युधिष्ठिर कभी दुखा ला सामना संसार की है चोगिया जाना दाना इतने बैसदा किसे लेना नहीं हो इतने बैसदा किसे लेना नहीं हो बुराइयां दे पीछे फिर नाए होए गल नहीं करदा चंगी गुजरा वाले ने आदत कुटनी जदो पीछे टंगी हुन ते आकड़े आकड़े तोड़ने फिर जरा तो खंगी आकड़ के तोड़ना ना चढ़ जाना छिंदा ने फिर की होना है आकर फिर खंग के दिखाई मारे कहते बिल्कुल खंगिया नहीं जाना उस स्वागत होना की ए नहीं कभी मुकना ओ नहीं कभी मुकना करना है नीत बखेरे ए भी मिल जाए ओ भी मिल जाए करना नीत बखेरे ਸਿਕੰਦਰ ਵਰਗੇ ਪੁਰਸ ਵਰਗੇ ਬੜੇ ਬੜੇ ਦੇਖੋ ਯੁਗਾਂ ਦੇ ਯੋਗੀ ਖਤਮ ਕਰ ਦਿੱਤੇ ਮੌਤ ਨੇ ਤੇ ਅਸੀਂ ਤੁਸੀਂ ਕੀ ਹੈ ਅਸੀਂ ਇੱਕ ਮੈਂ ਵਿੱਚ ਅਹੰਕਾਰ ਦੇ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਸੁਖੀ ਵਸੇ ਵਸ਼ ਕੀਨੀਆ ਆਪ ਨਵਾਦੀ ਤਰੇ ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ ਮਾਰੇ ਕਹਿੰਦੇ ਬੜੇ ਬੜੇ ਅਹੰਕਾਰ ਕਰ ਲੈ ਇੱਥੇ ਬੜੀ ਬੜੀ ਦੁਨੀਆ ਚਲੀ ਗਈ ਰਹਿਣਾ ਨਹੀਂ ਹੋ ਫੁੱਲਾਂ ਵਾਲੀ ਸੇਜ ਨਾ ਸਮਝੀ ਤੇ ਇਸ ਨੂੰ ਸਮਝੀ ਗੰਡੇ ਉਹ ਲੱਖ ਚੁਰਾਸੀ ਜੂਨਾਂ ਦੇ ਵਿੱਚ ਬਹੁਤ ਬਣਦੇ ਸੰਡੇ ਬਲਵੀ ਤੇ ਪੁੱਜਦੀ
ਗਏ ਸਦਾ ਕਿਸੇ ਰਹਿਣਾ ਨਹੀਂ ਹੋ। ਅੰਤ ਦੇ ਵਿੱਚ ਕਵੀ ਨੇ ਸ਼ਬਦ ਕੀ ਲਿਖਿਆ ਹੈ, ਆਹ ਜਨਮ ਨਹੀਂ, ਜਨਮ ਦੇ ਨਾਲ ਮਰਨ ਨਹੀਂ, ਮਰਨ ਦੇ ਨਾਲ ਜਨਮ ਦੱਸਿਆ। ਤੈਨੂੰ ਕੀ ਪਤਾ ਤੂੰ ਮਾਤਾ ਦੀ ਗਰਭ ਚ ਮਰ ਜਾਣਾ, ਤੇਰਾ ਸੰਸਾਰ ਵਿੱਚ ਜਨਮ ਹੋਣਾ ਜਾਂ ਨਹੀਂ ਹੋਣਾ ਇਹ ਕਿਸੇ ਨੂੰ ਕੋਈ ਪਤਾ ਨਹੀਂ। ਔਰ ਗੁਰਬਾਣੀ ਵਿੱਚ ਸ਼ਬਦ ਲਿਖਿਆ ਕਿ ਮਰਨ ਲਿਖਾਵੇ, ਬੰਦਿਆ ਪਹਿਲਾਂ ਮਰਨਾ ਤਾਂ ਸਿੱਖ ਲੈ, ਅੱਜ ਮਰਨਾ ਤੈਨੂੰ ਖੁੱਲਿਆ ਹੋਇਆ। ਗੁਰੂਆਂ ਨੇ ਸ਼ਬਦ ਕੀ ਹੈ, ਉੱਠੇ ਕਮਲਿਆ ਸਿਮਰਨ ਕਰ ਲੈ ਬਿਨਾਂ ਹੱਥ ਨਹੀਂ ਆਉਣ ਕੇ ਚਲੇ ਆਏ ਕਾਕਾ ਸਭ ਕੁਛ ਇੱਥੇ ਮੇਰੇ ਜੀਵੇ ਕਰਨ ਸ਼ਰਮਾ ਨਾ ਕੁਝ ਲੈ ਕੇ ਆਇਆ ਸੈ ਤੋਂ ਨਾ ਪਰਿਵਾਰ ਨੇ ਆਪਣੀ ਅਹਿਮੀਅਤ ਸੇਵਾ ਦੇ ਦੁਆਰਾ ਜਿੰਨੀ ਹੀ ਤਾਰੀਫ ਅਧੀਰਜ ਤੇਰੇ ਪਿਤਾ ਦੀ ਚੱਡਾ ਸਾਹਿਬ ਤੁਹਾਡੇ ਭਤੀਜੇ ਦੀ ਕੀਤੀ ਜਾਏ ਹਰਮਿੰਦਰ ਜੀ ਦੀ ਉਹਨੀ ਥੋੜੀ ਹੈ। ਅਗਲੀ ਕਾਰਵਾਈ ਲਈ ਸ਼ੁਰੂ ਕਰੋ ਔਰ ਸਮੇਂ ਦੇ ਅਨੁਸਾਰ ਕਾਰਿਆਂ ਨੂੰ ਨਿਸ਼ਚਿਤ ਕਰੋ। ਮਾਤਾ ਭਾਈ ਔਰ ਬਹਿਣੋ, ਪੰਡਿਤ ਜੀ ਦਿਲਾਸਾ ਦੇਣੇ ਕੀ ਕੋਸ਼ਿਸ਼ ਕਰ ਰਹੇ ਥੇ ਕਿ ਸਦਾ ਕਿਸੀ ਨੇ ਨਹੀਂ ਰਹਿਣਾ, ਪਤਾ ਹੈ ਤੋ ਬਹੁਤ ਦੁੱਖ ਹੋਤਾ ਹੈ, ਬਰਦਾਸ਼ਤ ਨਹੀਂ ਹੋਤਾ, ਪਰਿਵਾਰ ਕੋ ਤੋ ਦੁੱਖ ਹੋਤਾ ਹੀ ਹੈ, ਲੇਕਿਨ ਜਬ ਕੋਈ ਐਸਾ ਵਿਅਕਤੀ ਜਿਸਨੇ ਸਮਾਜ ਕੀ ਸੇਵਾ ਕੀ ਹੈ, ਧਰਮ ਕੀ ਸੇਵਾ ਕੀ ਹੈ, ਅਗਰ ਕੋਈ ਐਸਾ ਵਿਅਕਤੀ ਚਲਾ ਜਾਤਾ ਹੈ ਤੋ ਉਸਕੇ ਜਾਣੇ ਕਾ ਦੁੱਖ ਨਾ ਕੇਵਲ ਪਰਿਵਾਰ ਕੋ ਬਲਕਿ ਸਾਰੇ ਸਮਾਜ ਕੋ ਹੋਤਾ ਹੈ। ਹਰਿੰਦਰ ਚੱਡਾ ਜੀ ਵੀ ਇੱਕ ਐਸੀ ਸ਼ਖਸੀਅਤ ਥੇ ਜਿਨਕੇ ਜਾਣੇ ਕਾ ਦੁੱਖ ਅੱਜ ਸਾਰੇ ਸਮਾਜ ਕੋ ਹੈ। ਚੱਡਾ ਪਰਿਵਾਰ ਕਿਸੀ ਪਹਿਚਾਨ ਕਾ ਮੁਹਤਾਜ ਨਹੀਂ ਹੈ। ਸਵਰਗੀਏ ਵਾਸਦੇਵ ਚੱਡਾ ਜੀ, ਸਵਰਗੀਏ ਹੰਸਰਾਜ ਚੱਡਾ ਜੀ, ਅਵਿਨਾਸ਼ ਚੱਡਾ ਜੀ, ਬ੍ਰਿਜਲਾਲ ਚੱਡਾ ਜੀ, ਇਨਕੀ ਜੋ ਸਮਾਜ ਕੋ ਦੇਨ ਹੈ ਉਸਕੋ ਬੁਲਾਇਆ ਨਹੀਂ ਜਾ ਸਕਤਾ। ਔਰ ਆਜ ਸਬਸੇ ਬੜੇ ਭਾਈ ਵਾਸਦੇਵ ਚੱਡਾ ਜੀ ਕੇ ਸਪੁੱਤਰ ਹਰਿੰਦਰ ਜੀ ਹਮਾਰੇ ਮੱਦੇ ਸੇ ਚਲੇ ਗਏ ਹੈ, ਤੋ ਅੱਜ ਸਮਾਜ ਮੇ ਇੱਕ ਐਸੀ ਕਮੀ ਆਈ ਹੈ ਜਿਸੇ ਕਭੀ ਪੂਰਾ ਨਹੀਂ ਕੀਤਾ ਜਾ ਸਕੇਗਾ। ਅਭੀ ਜ਼ਿਆਦਾ ਉਮਰ ਵੀ ਨਹੀਂ ਥੀ ਪਰ ਇਸ ਛੋਟੀ ਸੀ ਉਮਰ ਮੇ ਉਹਨੇ ਜਹਾਂ ਕੋਟ ਪਕਸ਼ੀਆਂ ਨੇ ਜਨਮ ਲਿਆ, ਫਗਵਾੜਾ ਗੇਟ ਪਹੁੰਚੇ, ਲਾਜਪਤ ਨਗਰ ਪਹੁੰਚੇ, ਕਿ ਜਹਾਂ ਵੀ ਗਏ ਉਹਨਾਂ ਨੇ ਆਪਣਾ ਨਾਮ ਬਣਾਇਆ। ਕੋਈ ਧਾਰਮਿਕ ਆਯੋਜਨ ਹੋ ਜਲੰਧਰ ਮੇ, ਕੋਈ ਸੇਵਾ ਕਾ ਕਾਰਜ ਹੋ, ਉਸਮੇ ਚੱਡਾ ਪਰਿਵਾਰ ਹਰਿੰਦਰ ਚੱਡਾ ਜੀ ਦੀ, ਅਵਿਨਾਸ਼ ਚੱਡਾ ਜੀ ਦੀ, ਸਾਰਾ ਪਰਿਵਾਰ ਕਿੱਟੂ ਜੀ, ਇਹ ਸਭੀ ਪੜਚੜ ਕਰਾ ਕੇ ਰਹੇ ਹੈ। ਯਹਾਂ ਸ਼੍ਰੀ ਦੇਵੀ ਤਲਾ ਮੰਦਿਰ ਮੇ ਬੈਠੇ ਹੈ, ਯਹਾਂ ਪਰ ਹਰਿੰਦਰ ਚੱਡਾ ਜੀ ਕਾ ਬਹੁਤ ਵਿਸ਼ੇਸ਼, ਖਾਸ ਤੌਰ ਪਰ ਹਸਪਤਾਲ ਕੋ ਬਹੁਤ ਭਾਰੀ ਯੋਗਦਾਨ ਰਹਾ ਹੈ, ਰੋਟਰੀ ਕਲੱਬ ਮੇ ਉਨਕਾ ਬਹੁਤ ਭਾਰੀ ਯੋਗਦਾਨ ਰਹਿਤਾ ਰਹਾ ਹੈ, ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਕੋ ਬਹੁਤ ਸਹਿਯੋਗ, ਜਹਾਂ ਪਰਿਵਾਰ ਕੋ ਦੁੱਖ ਹੁਆ ਹੈ, ਸਾਰੇ ਸਮਾਜ ਕੇ ਹਰ ਵਰਗ ਸੇ ਲੋਕ ਅੱਜ ਉਹਨੇ ਸ਼ਰਧਾ ਸੁਮਨ ਅਰਪਿਤ ਕਰਨੇ ਕੇ ਲਈ ਯਹਾਂ ਪਰ ਪਹੁੰਚੇ ਹੈ। ਬਹੁਤ ਸੀ ਸੰਸਥਾਓਂ ਕੀ ਤਰਫ ਸੇ ਸ਼ੁਭ ਪ੍ਰਸਤਾਵ ਵੀ ਆਏ ਹੈ, ਲੇਕਿਨ ਸਮੇਂ ਕੇ ਕੀ ਮਰਿਆਦਾ ਕੋ ਦੇਖਦੇ ਹੋਏ ਸਿਰਫ ਦੋ ਚਾਰ ਸੱਜਣੋਂ ਸੇ ਮੈਂ ਅਨੁਰੋਧ ਕਰੂੰਗਾ ਕਿ ਉਹ ਆਕਰ ਦੋ ਦੋ ਮਿੰਟ ਕੇ ਲਈ ਸ਼ਰਧਾ ਸੁਮਨ ਅਰਪਿਤ ਕਰੇ। ਸਬਸੇ ਪਹਿਲੇ ਅਨੁਰੋਧ ਕਰੂੰਗਾ ਜਗਜੀਤ ਸਿੰਘ ਜੀ ਸੇ ਕਿ ਉਹ ਆਏ ਔਰ ਦੋ ਮਿੰਟ ਕੇ ਲਈ ਸ਼ਰਧਾ ਸੁਮਨ ਅਰਪਿਤ ਕਰੇ। ਜਗਜੀਤ ਸਿੰਘ ਜੀ,
ਸਾਡੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ਼੍ਰੀ ਹਰਿੰਦਰ ਚੱਡਾ ਜੀ ਨੂੰ ਸਰਵਾਸ ਹੋਣ ਉਪਰੰਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਰਾਮ ਹਾਲ ਦੇ ਵਿੱਚ ਇਕੱਤਰ ਹੋਈ ਸੰਗਤ ਜੀਓ ਜੈ ਸ਼੍ਰੀ ਰਾਮ। ਇੱਕ ਵਾਰੀ ਉਚਾਰਨ ਕਰਨਾ, ਜੈ ਸ਼੍ਰੀ ਰਾਮ। ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਮ। ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ। ਸਾਡੇ ਫਗਵਾੜਾ ਗੇਟ ਦੀ ਸਿਰਮੌਰ ਸ਼ਖਸੀਅਤ, ਇੱਕ ਦਾਨਿਸ਼ਮੰਦ ਸ਼ਖਸੀਅਤ, ਵਿਨਮਰ ਸੁਭਾਅ ਦੇ ਮਾਲਕ, ਇੱਕ ਹੱਸਦਾ ਹੋਇਆ ਚਿਹਰਾ ਸਾਨੂੰ ਸਦੀਵੀ ਤੌਰ ਤੇ ਅਲਵਿਦਾ ਕਹਿ ਗਏ। ਚੱਡਾ ਪਰਿਵਾਰ, ਖਾਸ ਕਰਕੇ ਸ਼੍ਰੀ ਹਰਿੰਦਰ ਚੱਡਾ ਜੀ, ਜਿਨ੍ਹਾਂ ਦਾ ਸਮੂਹ ਜੀਵਨ ਧਾਰਮਿਕ ਸੇਵਾਵਾਂ ਨੂੰ ਸਮਰਪਿਤ ਰਿਹਾ। ਸ਼ਹਿਰ ਦੇ ਵਿੱਚੋਂ ਕਦੀ ਕੋਈ ਸ਼ੋਭਾ ਯਾਤਰਾ ਲੰਘਣੀ, ਕੀਰਤਨ ਦਰਬਾਰ ਹੋਣਾ, ਜਾਂ ਸ਼ਹਿਰ 'ਚ ਕਿਤੇ ਵੀ ਕੋਈ ਧਾਰਮਿਕ ਆਯੋਜਨ ਹੋਣਾ, ਤੇ ਉਹਨਾਂ ਸਾਰੇ ਪ੍ਰੋਗਰਾਮਾਂ 'ਚ ਚੱਡਾ ਸਾਹਿਬ ਦਾ ਇੱਕ ਵਡਮੁੱਲਾ ਯੋਗਦਾਨ ਹੁੰਦਾ ਸੀ। ਇਹ ਉਸ ਪਰਮਾਤਮਾ ਦੀ ਰਚਨਾ ਹੈ, ਜਿਸ ਵੀ ਪ੍ਰਾਣੀ ਨੇ ਜਨਮ ਲਿਆ ਉਸਨੂੰ ਇੱਕ ਨਾ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪਿਆ, ਔਰ ਉਹ ਹਮੇਸ਼ਾ ਅਮਰ ਹੋ ਜਾਂਦੇ। ਹਰਿੰਦਰ ਚੱਡਾ ਜੀ ਨੇ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਸੀ, ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਜੁੜੀਆਂ ਰਹਿਣਗੀਆਂ। ਪ੍ਰਭੂ ਪਰਮਾਤਮਾ ਚ ਨਿਵਾਸ ਬਖਸ਼ਣਾ ਸਾਨੂੰ ਸਾਰਿਆਂ ਨੂੰ, ਉਹਨਾਂ ਦੇ ਭਾਈ ਪੂਰਨਿਆਂ ਤੇ ਚਰਨ ਦਾ ਬਲ ਬਖਸ਼ਣਾ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਵਿਆਸ ਗੱਡੀ ਤੇ ਬੈਠੇ ਪੰਡਿਤ ਜੀ ਮਹਾਰਾਜ, ਸਾਹਮਣੇ ਬੈਠੀਆਂ ਮੇਰੀਆਂ ਮਾਤਾਵਾਂ, ਭੈਣਾਂ, ਭਾਈ, ਅੱਜ ਸਾਰੇ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਅੰਤਿਮ ਸ਼ੋਕ ਸਭਾ ਦੇ ਵਿੱਚ ਇਕੱਠੇ ਹੋਏ ਹਾਂ, ਜਿਹੜੀ ਭੁਲਾਇਆ ਨਹੀਂ ਭੁੱਲ ਸਕਦੀ। ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਇਨਸਾਨ ਇਸ ਦੁਨੀਆਂ ਦੇ ਵਿੱਚ ਜਨਮ ਲੈਂਦਾ, ਉਸ ਇਨਸਾਨ ਨੂੰ ਇਹ ਕਾਲਰੂਪੀ ਮੌਤ ਇੱਕ ਨਾ ਇੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੁਨੀਆਂ ਤੋਂ ਲੈ ਜਾਂਦੀ ਹੈ। ਲੇਕਿਨ ਕੁਛ ਇਨਸਾਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਜਾਣ ਦੇ ਨਾਲ ਪਰਿਵਾਰ ਹੋਣੀ, ਸਾਰੇ ਸਮਾਜ ਹੋਣੀ ਬੜੀ ਵੱਡੀ ਘਾਟ ਪੈਦਾ ਹੁੰਦੀ ਹੈ। ਹਰਿੰਦਰ ਚੱਡਾ ਜੀ ਦੇ ਨਾਲ ਮੇਰਾ ਪਿਛਲੇ 20 ਸਾਲ ਤੋਂ ਪਿਆਰ ਸੀ। ਜਿੱਥੇ ਵੀ ਮਿਲਾਂ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਮੇਰੇ ਨਾਲ ਰਿਹਾ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਇਮਾਨਦਾਰੀ ਦੇ ਨਾਲ ਔਰ ਇੱਕ ਇਨਸਾਨੀਅਤ ਵਾਲੀ ਜ਼ਿੰਦਗੀ ਜੀਤੀ ਹੈ। ਉਹਨਾਂ ਦੇ ਜਾਣ ਦੇ ਨਾਲ ਅੱਜ ਬੜੀ ਵੱਡੀ ਘਾਟ ਸਮਾਜ ਨੂੰ ਪਈ ਹੈ। ਹਰ ਜਗ੍ਹਾ ਤੇ ਜਿੱਥੇ ਕਿਧਰੇ ਵੀ ਸਮਾਜ ਨੂੰ ਉਹਨਾਂ ਦੀ ਲੋੜ ਪਈ ਹੈ, ਹਮੇਸ਼ਾ ਹੀ ਅੱਗੇ ਖੜੇ ਹੋਏ ਆ। ਕਦੇ ਵੀ ਉਹਨਾਂ ਨੇ ਕਿਸੇ ਵੀ ਚੀਜ਼ ਦੀ ਕਿਸੇ ਨੂੰ ਵੀ ਨਾ ਨਹੀਂ ਕੀਤੀ, ਲੇਕਿਨ ਪਰਮ ਪਿਤਾ ਪਰਮਾਤਮਾ ਦਾ ਭਾਣਾ ਹੈ, ਤੇਰਾ ਭਾਣਾ ਮੀਠਾ ਲੱਗੇ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਹੋ ਕੇ ਰਹਿਣਾ। ਅੱਜ ਉਹ ਆਤਮਾ ਸਾਡੇ ਤੋਂ ਵਿਛੜ ਗਈ ਹੈ, ਲੇਕਿਨ ਮੈਂ ਉਸ ਪਰਮ ਪਿਤਾ ਪਰਮਾਤਮਾ ਕੇ ਇਹੀ ਅਰਦਾਸ ਕਰਦਾ ਕਿ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਲਓ, ਵਿੱਚੇ ਪਰਿਵਾਰ ਨੂੰ ਭਾਣਾ ਵਰਤਣ ਦਾ ਬਲ ਦੇ। ਅੱਜ ਮੇਰੇ ਉਸ ਛੋਟੇ ਵੀਰ ਦੇ ਉੱਪਰ ਹੀ ਸਾਰਾ ਇਸ ਪਰਿਵਾਰ ਦਾ ਭਾਰ ਪੈ ਗਿਆ। ਮੈਂ ਉਸ ਅਜੀਜ਼ ਨੂੰ ਇਹ ਕਹਾਂਗਾ ਕਿ ਉਹ ਅੱਗੇ ਵੀ ਆਪਣੀ ਮਾਤਾ ਜੀ ਦੀ ਪੂਰੀ ਸੇਵਾ ਕਰਦਾ ਹੈ, ਕਿਸੇ ਵੱਲੋਂ ਵੀ ਕੋਈ ਕਮੀ ਨਹੀਂ ਛੱਡਦਾ। ਲੇਕਿਨ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਸਮਾਜ ਦੇ ਵਿੱਚ ਵਿਚਰਦੇ ਸੀ, ਉਸੇ ਰੀਤ ਤੇ ਅੱਜ ਉਹਦੇ ਬੇਟੇ ਨੂੰ ਵੀ ਚੱਲਣਾ ਪਊਗਾ। ਉਹ ਜ਼ਿਆਦਾ ਸ਼ਬਦ ਨਾ ਮਿਲਦਾ ਹੋਇਆ ਮੈਂ ਆਪਣੇ ਵੱਲੋਂ ਹੋਰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਫਿਰ ਇੱਕ ਵਾਰ ਉਸ ਵਿਛੜੀ ਆਤਮਾ ਦੇ ਚਰਨਾਂ ਦੇ ਵਿੱਚ ਕਰਦਾ ਦੁਖਣ ਭੇਟ ਕਰਦਾ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਚੋਪੜਾ ਜੀ ਕੀ ਤਰਫ ਸੇ, ਮਨੋਰੰਜਨ ਕਾਲੀਆ ਜੀ ਪੂਰਵ ਮੰਤਰੀ ਉਹ ਆ ਕੇ ਵੀ ਗਏ ਹੈ, ਉਨ੍ਹਾਂ ਦੀ ਤਰਫ ਸੇ ਸ਼ੋਕ ਪ੍ਰਸਤਾਵ ਵੀ ਆਇਆ ਹੈ। ਫਗਵਾੜਾ ਗੇਟ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਕੇ ਪ੍ਰਧਾਨ ਬਲਵਿੰਦਰ ਸਿੰਘ ਜੀ ਔਰ ਉਨਕੇ ਸਾਥੀਓਂ ਕੀ ਤਰਫ ਸੇ ਸ਼ੋਕ ਪ੍ਰਸਤਾਵ ਆਇਆ ਹੈ। ਔਰ ਯਹਾਂ ਖਾਸ ਬਾਤ ਯਹ ਹੈ ਕਿ ਇਸ ਸੋਸਾਇਟੀ ਕੇ ਹਰਿੰਦਰ ਚੱਡਾ ਜੀ ਖੁਦ ਚੇਅਰਮੈਨ ਥੇ, ਤੋ ਉਨ੍ਹੋਂਨੇ ਆਪਣੇ ਚੇਅਰਮੈਨ ਕੇ ਲੀਏ ਯੇ ਸ਼ੋਕ ਸੰਦੇਸ਼ ਭੇਜਾ ਹੈ। ਜਲੰਧਰ ਕੰਪਿਊਟਰ ਡੀਲਰਸ ਐਸੋਸੀਏਸ਼ਨ ਕੇ ਪ੍ਰਧਾਨ ਅਮਰਜੀਤ ਸਿੰਘ ਜੀ, ਰੋਟਰੀ ਕਲੱਬ ਆਫ ਜਲੰਧਰ ਕੇ ਪ੍ਰਧਾਨ ਹਰਿੰਦਰ ਸਿੰਘ ਜੀ, ਚਿੰਤਪੁਰਨੀ ਮੰਦਿਰ ਬ੍ਰਹਮ ਅਖਾੜਾ ਪ੍ਰਬੰਧਕ ਕਮੇਟੀ ਸੋਡਲ ਰੋਡ ਕੀ ਤਰਫ ਸੇ, ਬਾਰੀ ਬੀਬੀ ਰਾਮ ਪਿਆਰੀ ਫਗਵਾੜਾ ਗੇਟ ਕੇ ਪ੍ਰਧਾਨ ਮੋਹਨ ਲਾਲ ਸ਼ਰਮਾ ਜੀ ਕੀ ਤਰਫ ਸੇ, ਸ਼੍ਰੀ ਰਾਧਾ ਗੋਪਾਲ ਮੰਦਿਰ
पांच पीर के प्रबंधक कमेटी और सभी सदस्यों की तरफ से, पूर्व विधायक राजकुमार गुप्ता जी और पार्षद पवन गुप्ता जी की तरफ से, पक्का बाग वेलफेयर सोसाइटी के प्रधान अनिल शर्मा जी और मनमोहन कपूर जी की तरफ से, अपाहज आश्रम के चेयरमैन तरसेम कपूर जी की तरफ से, श्री देवी तालाब मंदिर प्रबंधक कमेटी की तरफ से, दैनिक सवेरा के मुख्य संपादक शीतल वेद जी की तरफ से और रेड क्रॉस मार्केट एसोसिएशन के सभी दुकानदारों की तरफ से, जो सबकी तरफ से शुभ प्रस्ताव आए हैं। मैं अब अनुरोध करूंगा अमरजीत सिंह अमरीती से कि वो भी आए और दो मिनट के लिए श्रद्धा सुमन अर्पित करें। अमरजीत सिंह जी आए बैठे। पंडित जी महाराज शोक सभा च बैठिया माता मां भैनों गुरुद्वार अज लफ्ज़ नहीं है हरिंदर चड्ढा जी वास्ते। मैं याद है जो मैं अपनी स्टडी पूरी की इन्होंने वड्डे भाई मेरे पिता जी के साथी बहु हंसराज चड्ढा जी जिन्हों ने मैं अपने घर बुला के अपना बिजनेस हैंडओवर किया। उन्हां दी वाइफ हंसराज चड्ढा जी की मिसेज चड्ढा मैं अपने बच्चों वर्गन समझिया। उन्होंने ही सदका से मैं हरिंदर चड्ढा जी ने मिले। ऐसा मिलना होया, ऐसा प्यार उन्होंने दिता, ऐसा स्नेह दिता। जो उन्होंने मृत्यु के समाचार सुनिया ऐसा लगा जैसा कोई घर का साथी छड़ के चले जाता। यहोजा महान परिवार बहु हंसराज चड्ढा जी का, बहु अविनाश चड्ढा जी, हरिंदर चड्ढा जी, तीनों भाई जिन्होंने समाज वास्ते हमेशा ही अगे होके काम किया। एक समाज को ऐसी सेध दिती है भी सानू की काम करने चाहिए। भावे उस होटल मंदिर का मसला हो, अविनाश चड्ढा जी ने ऐसा संघर्ष किया उस वास्ते, वो संघर्ष अज तक जारी है। मैं तो ज्यादा कुछ नहीं कह सकता क्योंकि मेरे तो पिता समान समझ लो बुजुर्ग ही सी हरिंदर चड्ढा जी जिन्होंने मैं अपने बच्चों को बहुत प्यार दिता होना। प्रताप बाग रामलीला दशहरा कमेटी का सहयोग करना सानू अगे होके अपने घर भगवान राम के चरण पवावे, लंगर छकावा एक ऐसे प्यार नाल, ऐसे स्नेह नाल, वो भी अज भुलाया नहीं भुलाया। मैं क्योंकि इन्हों के मोहल्ले का निवासी सी कोट पक्षियों का, अज जिंदगी के कई बैकग्राउंड चीजा वापस आदि पी भी यह परिवार ने साडे वास्ते की किया। जो साडा ही परिवार का साथी जो छक के जाता है मन तो दुखी होता है, लेकिन क्या करिए। पाना बाणी च भी लिखा है मरण लिखवाए मंगल में आए, मौत साडी निश्चित है, समय भी निश्चित है। जिस प्रकार इस परिवार ने हरिंदर चड्ढा जी की सेवा की थी, वो भी अपने आप च एक मिसाल है। काफी लंबे उसको अपनी जिंदगी में संघर्ष करते पे, लेकिन परिवार ने बहुत लंबा संघर्ष किया, लेकिन परमात्मा के जोर भी चले। मैं तो सच्चे पातशाह अगर अरदास कर रहा है, सच्चे पातशाह साढ़े बुजुर्ग हरिंदर चड्ढा जी को अपने चरणों में वास दें, पिछले परिवार को पाना मंगन का बल दें। ओम शांति शांति शांति। श्रद्धा सुमन अर्पित करने के लिए हमारे मध्य में उपस्थित है भाजपा के पूर्व जिला प्रधान सुभाष सूद जी, शिवराज चुग जी, पार्षद अश्वनी भंडारी जी, सुदर्शन ज्योति जी, चौधरी राम कुमार जी, मनदीप नंदा जी, दिनेश ढल जी, सतनाम सिंह बिट्टा जी, भूषण कोहली जी, इंद्र सिंह सहगल जी, मधुसूदन शर्मा जी, राकेश सपरवाल जी, बलराम कपूर जी, पवन धवन जी, कृष्ण अरोड़ा जी, बाबा सियासी पार्टी का चले जाना हरिंदर चड्ढा जी का, जिथे चड्ढा परिवार जी को घाट पई है उत्थे सारे समाज को घाट पई है। क्योंकि मेरे पिता जी चड्ढा परिवार के जिन्हें भी मुखिया अ साडे विच नहीं,
ਇਕੱਠੇ ਇਹਨਾਂ ਦੇ ਫਾਰਮ ਤੇ ਕੁੱਲੂ ਮਨਾਲੀ ਜਾਂਦੇ ਹੁੰਦੇ ਸੀ, ਜਿਹਦੇ ਨਾਲ ਹਰਿੰਦਰ ਜੀ ਉੱਥੇ ਇਹ ਬਜ਼ੁਰਗਾਂ ਦੀ ਸੇਵਾ ਕਰਦੇ ਹੁੰਦੇ ਸੀ। ਉਹ ਜਿੰਨੇ ਵੀ ਬਜ਼ੁਰਗ ਜਦੋਂ ਆਉਣੇ ਉੱਥੋਂ ਫਾਰਮ ਹਾਊਸ ਤੋਂ ਹਿਮਾਚਲ ਤੋਂ ਕੁੱਲੂ ਮਨਾਲੀ ਤੋਂ, ਇਹੀ ਉਹਨਾਂ ਨੇ ਆ ਕੇ ਕਹਿਣਾ ਭਰੋਲਾ ਨੂੰ ਬਾਸ ਦੇ ਚੰਦਰ ਜੀ ਦੇ ਮੁੰਡੇ ਨੇ ਸੇਵਾ ਬਹੁਤ ਕੀਤੀ, ਹਰਿੰਦਰ ਨੇ ਸੇਵਾ ਬਹੁਤ ਕੀਤੀ, ਜਾਣ ਲੱਗੇ ਜੋ ਵੀ ਉੱਥੇ ਦਾ ਇਹਨਾਂ ਦਾ ਤਿਆਰ ਕੀਤਾ ਹੋਇਆ ਫਲ ਫਰੂਟ ਉਹ ਵੀ ਟੋਕਰੀਆਂ ਪੇਟੀਆਂ 'ਚ ਦੇਣਾ, ਇੱਥੇ ਆ ਕੇ ਵੰਡਣਾ, ਇਹ ਦੇਣ ਵੱਡਿਆਂ ਦੀ ਦਿੱਤੇ ਹੋਏ ਵੱਡਿਆਂ ਦੇ ਸੰਸਕਾਰ ਜਿਹੜੇ ਵੀ ਕੌਮ ਕਰਦੇ ਹੈਗੇ। ਛੱਡਾ ਪਰਿਵਾਰ ਦਾ ਨਾਮ ਹਰ ਕਿਤੇ ਵੀ ਜਲੰਧਰ ਛੱਡ ਕੇ ਪੰਜਾਬ 'ਚ ਕਿਤੇ ਲੈ ਲਓ ਨਾਮ ਹੈ। ਕਿਉਂ ਨਾਮ ਹੈ? ਇਹ ਪ੍ਰਿੰਸੀਪਲ ਦਾ ਪਰਿਵਾਰ ਸੀਗਾ। ਅਗਰ ਇਹ ਕਾਂਗਰਸ ਪਾਰਟੀ ਨਾਲ ਜੁੜਿਆ ਹੈ, ਜੁੜੇ ਹੈ, ਹਿੰਦੂ ਸਮਾਜ ਨਾਲ ਜੁੜੇ ਹੈ ਤੇ ਜੁੜੇ ਹੈ। ਹੁਣੀ ਤੁਹਾਡੇ ਸਾਹਮਣੇ ਅਮਰੀ ਜੀ ਨੇ ਬਜ਼ੁਰਗ ਹੰਸਰਾ ਚੱਕਰ ਜੀ ਕੀ ਜਿੰਨੇ ਵੀ ਬਜ਼ੁਰਗ ਹੈਗੇ ਆ ਅਸੀਂ ਇਹਨਾਂ ਨੇ ਕੂੜਾ ਰੱਖਿਆ, ਕਦੇ ਵੀ ਦੁੱਖ ਸੁੱਖ 'ਚ ਘਾਟ ਨਹੀਂ ਆਉਣ ਦਿੱਤੀ। ਇਹ ਚੱਡਾ ਪਰਿਵਾਰ ਦੀ ਇੱਕ ਸਮਾਜ ਤੋਂ ਅਤੇ ਖਾਸ ਕਰ ਪਕਸ਼ੀਆਂ ਕੋਟ ਇੰਟੀਰੀਅਰ ਏਰੀਏ 'ਚ ਬਹੁਤ ਤੇਜ਼ ਸੀ, ਕਿਉਂਕਿ ਇਹਨਾਂ ਦੇ ਪਰਿਵਾਰ ਨਾਲ ਜਦੋਂ ਮੇਰੇ ਬਜ਼ੁਰਗਾਂ ਨੇ ਦੇਖ ਰਹੇ ਇਲੈਕਸ਼ਨ 'ਚ ਸੌ ਗੱਲ ਪਤਾ ਹੁੰਦੀਆਂ, ਪਰ ਕਦੀ ਵੀ ਕੋਈ ਐਸੀ ਸ਼ਿਕਾਇਤ ਨਹੀਂ ਹੋਈ ਆਪਸ 'ਚ, ਕਦੀ ਮਨ ਮੁਟਾਪ ਨਹੀਂ ਹੋਇਆ। ਇਸ ਕਰਕੇ ਖਾਸ ਕਰਕੇ ਜਿਹੜੇ ਬਜ਼ੁਰਗ ਹੁਣ ਰਹਿ ਗਏ ਨੇ ਉਹਨਾਂ ਵਾਸਤੇ ਬਹੁਤ ਇੱਕ ਸੈਟਬੈਕ ਹੈਗੀ ਹੈ, ਕਿਉਂਕਿ ਹਰਿੰਦਰ ਜੀ ਦਾ ਹਾਲੇ ਜਾਣਾ ਠੀਕ ਨਹੀਂ ਸੀਗਾ, ਪਰ ਅਸੀਂ ਇੱਥੇ ਹਾਰਦੇ ਹਾਂ ਪ੍ਰਭੂ ਅੱਗੇ। ਜਸ਼ ਅਪ ਜਸ਼ ਮਰਨਾ ਜੀਣਾ ਹਾਨੀ ਨਾਮ ਸਭ ਰੱਖਣਾ ਪੈਣਾ, ਖਾਸ ਕਰ ਰਾਜ ਜੀ ਨੂੰ ਹੌਸਲਾ ਰੱਖਣਾ ਪੈਣਾ, ਕਿਉਂਕਿ ਗੁਲਾਬ ਚੌਂਕ ਸੀਨੀਅਰ ਐਡਵੋਕੇਟ ਐਸ ਕੇ ਗੌਤਰੀ ਕੋਲ ਬੈਠੇ ਸੀ। ਮੰਨੋ ਬੱਚਿਓ ਬਜ਼ੁਰਗਾਂ ਦਾ ਪਾਣਾ, ਬਜ਼ੁਰਗਾਂ ਦੇ ਸੰਸਕਾਰ ਨੂੰ ਲੈ ਕੇ ਚੱਲੋ, ਇਹੀ ਸਭ ਕੁਛ ਹੈ। ਇਹੀ ਹਰਿੰਦਰ ਜੀ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਹੈ, ਜਿਹੜੇ ਦੂਰੇ ਕੰਮ ਛੱਡ ਗਏ ਹੈ ਕੀ ਸੇਵਾ ਕਰਦਾ ਆ ਰਿਹਾ, ਇੱਦਾਂ ਹੀ ਨਾਲ ਮਿਲ ਕੇ ਦੂਰੇ ਕੰਮ ਹਰਿੰਦਰ ਜੀ ਦੇ ਤੁਸੀਂ ਪੂਰੇ ਕਰੋ। ਮਹਾਮਾਈ ਦੇ ਅੱਗੇ ਚਿੰਤਾ ਭੂਮੀ ਮਾਂ ਦੇ ਅੱਗੇ ਚਰਨਾਂ 'ਚ ਬੇਨਤੀ ਕਰੂੰਗਾ, ਮਹਾਮਾਈ ਇਹਨਾਂ ਨੂੰ ਚਰਨਾਂ 'ਚ ਪਾਸਾ ਦੇਣਾ, ਉਹ ਸਾਨੂੰ ਸਾਰੇ ਖਾਸ ਕਰ ਚੱਡਾ ਪਰਿਵਾਰ ਸਮਾਜ ਨੂੰ ਹੌਸਲਾ ਦੇਣਾ, ਬਲ ਬਖਸ਼ਣਾ, ਸੁੱਖ ਸ਼ਾਂਤੀ ਬਖਸ਼ਣਾ। ਓਮ ਸ਼ਾਂਤੀ, ਓਮ ਸ਼ਾਂਤੀ, ਓਮ ਸ਼ਾਂਤੀ। ਸ਼ਰਧਾ ਸੁਮਨ ਅਰਪਿਤ ਕਰਨ ਕੇ ਲਈ ਉਪਸਥਿਤ ਹੋਏ ਹਨ। ਔਰ ਅੰਤ ਮੈਂ ਅਨੁਰੋਧ ਕਰੂੰਗਾ ਯੋਗਾਚਾਰਿਆ ਵੀਰੇਂਦਰ ਸ਼ਰਮਾ ਜੀ ਸੇ ਕਿ ਵੋ ਆਏ ਔਰ ਸ਼ਰਧਾ ਸੁਮਨ ਵੀ ਅਰਪਿਤ ਕਰੇ ਔਰ ਪਰਿਵਾਰ ਕੇ ਸਾਥ ਜੁੜੇ ਹੋਏ ਹੈ। ਬੜੇ ਲੰਬੇ ਪੁੱਛਣੀ ਹੈ ਪੰਡਿਤ ਗੁਲਸ਼ਨ ਜੀ ਦੇਵੀਓ ਸੱਜਣੋ, ਕਈ ਘੜੀਆਂ ਅਤਿਅੰਤ ਕਠਿਨ ਹੁੰਦੀ ਹੈ। ਇੱਕ ਵਕਤਾ ਜੋ ਅਕਸਰ ਬੋਲਤਾ ਹੈ, ਕਭੀ ਕਭੀ ਉਸਕੀ ਜ਼ੁਬਾਨ ਬੋਲਤੇ ਹੋਏ ਕਾਂਪਣੇ ਲਗਤੀ ਹੈ। ਆਜ ਮੁਝੇ ਭਾਈ ਹਰਿੰਦਰ ਜੀ ਕੋ ਸ਼ਰਧਾ ਸੁਮਨ ਅਰਪਿਤ ਕਰਨੇ ਕੇ ਲਈ ਕਹਾ ਗਿਆ, ਵਾਸਤਵ ਮੇਂ ਮੇਰੀ ਜ਼ੁਬਾਨ ਕਾਂਪਤੀ ਹੈ, ਮੈਂ ਨਹੀਂ ਬੋਲ ਸਕਦਾ। ਮਿਲਾਪ ਕਾ ਮੁਆਂਗਤ ਕੋਟ ਪਕਸ਼ੀਆਂ ਕੀ ਕੋ ਕੋਠੀ, ਫਗਵਾੜਾ ਗੇਟ ਕੀ ਵੋ ਕੋਠੀ, ਬਚਪਨ ਮੇਂ ਇਧਰ ਸੇ ਉਧਰ ਉਧਰ ਸੇ ਇਧਰ ਜਾਤੇ, ਕਭੀ ਯਸ਼ ਜੀ ਕਭੀ ਵਾਸਦੇਵ ਜੀ ਕਭੀ ਹੰਸਰਾਜ ਜੀ ਕਭੀ ਅਵਿਨਾਸ਼ ਜੀ, ਇਨਸੇ ਸਨੇਹ ਵੀ ਮਿਲਤਾ, ਡਾਂਟ ਵੀ ਮਿਲਤੀ, ਸੰਸਕਾਰ ਵੀ ਮਿਲਦੇ ਔਰ ਅਸੀਮ ਪ੍ਰੇਮ ਮਿਲਦਾ, ਆਸ਼ੀਰਵਾਦ ਮਿਲਦਾ। ਉਹ ਸਜੋਇਆ ਅੱਜ ਉਨ੍ਹੀਂ ਸ਼ਬਦੋਂ ਕੇ ਸਾਥ, ਜਬ ਉਨ੍ਹੇਂ ਹੀ ਸ਼ਰਧਾ ਸੁਮਨ ਭੇਟ ਕਰਨੇ ਕੇ ਲੀਏ ਕਹਾ ਜਾਂਦਾ ਹੈ ਤੋ ਜ਼ੁਬਾਨ ਲੜਖੜ ਆਤੀ ਹੈ। ਹਮੇਂ ਧੀਰਜ ਧਰਨਾ ਹੈ ਔਰ ਧੀਰਜ ਜੀ ਆਪਕਾ ਤੋ ਨਾਮ ਹੀ ਧੀਰਜ ਰੱਖ ਦਿਆ ਥਾ, ਇਸੀ ਲੀਏ ਕਿ ਆਪਨੇ ਨਾ ਕੇਵਲ ਧੀਰਜ ਧਰਨਾ ਹੈ ਬਲਕਿ ਪਰਿਵਾਰ ਕੇ ਲੀਏ ਧੀਰਜ ਆਪਨੇ ਆਜ ਮਾਂ ਕੇ ਲੀਏ ਹੀ ਨਹੀਂ ਪੂਰੇ ਚੱਡਾ ਪਰਿਵਾਰ ਕੇ ਲੀਏ ਹੀ ਨਹੀਂ ਸਮਾਜ ਕੇ ਉਸ ਏਕ ਏਕ ਵਿਅਕਤੀ ਕੋ ਧੀਰਜ ਦੀ ਆਵਸ਼ਕਤਾ ਹੈ ਜੋ ਇਸ ਪਰਿਵਾਰ। ਅਕਸਰ ਕਹਿਤੇ ਹੈ ਖਾਲੀ ਹਾਥ ਆਏ ਥੇ ਖਾਲੀ ਹਾਥ ਜਾ ਰਹਾ ਹੈ,
लेकिन कबीर कहते हैं कि कबीरा वो धन संचिए जो आगे को होए, शीश चढ़ाए साथ ले जात न देखा कोए। कबीर नहीं कहते कि खाली हाथ जाना है, कबीर कहते हैं कि वो धन संचित कर लो जो आगे भी साथ चलेगा। और वही धन है प्रेम का धन, दान का धन, दया का धन, प्रोपकार का धन, सेवा का धन, ज्ञान का धन। हरेंद्र भाई ने ये सारे का सारा धन संचित किया और उनके साथ गया, लेकिन अब उस धन को धीरज आपने संचित करना है। मार्गदर्शक आपके पास है, इन्हीं मार्गदर्शकों बात को समझते हुए उन संस्कारों को, उन शिक्षाओं को, उन परंपराओं को आगे बढ़ाना है जिनको प्रारंभ किया था वासुदेव जी ने, जिनको प्रारंभ किया था हंसराज जी ने और जिन्हें चला रहे हैं अविनाश जी। आज धीरज के साथ साथ नीनू भाई, किट्टू भाई, लाला सब यहाँ पर उपस्थित हैं, भाभी यहाँ पर उपस्थित हैं, सबका मन भारी है, लेकिन भारी मन के साथ साथ एक बात अवश्य हमें याद रखनी है कि इस परिवार ने जो परंपराएं स्थापित की हैं उनको हमने आगे लेकर जाना है। आप लोग इतनी बड़ी संख्या में आज आए हैं यहाँ पर ढांढस के लिए, धीरज के लिए, सांत्वना के लिए, और जो दुख आया है इस परिवार को उस दुख को बांटने के लिए आपका कोटि कोटि धन्यवाद है। एक एक कदम जो चल के आप आए हैं, एक एक कदम इस परिवार के सर आंखों पर है, आपका ऋणी है परिवार। इससे पहले कि मैं आप सबका आभार व्यक्त करूं, मैं निवेदन फिर से एक बार धीरज से करना चाहता हूं कि धीरज रखते हुए, धीरज बंधाते हुए समाज में अपने पिता की परंपराओं को आगे लेकर चलना है। आप सबका कोटि कोटि धन्यवाद है, आप सबका चढ़ा परिवार ऋणी है, आप सबका आभार। जय श्री राम। शोक सभा दे विच श्रद्धांजलि उस चड्डा परिवार के साहिबजादे वास्ते, क्योंकि बुजुर्ग अविनाश चड्डा जी, सतपन कुमरा जी, बीर परिवार जिस तरह लागे अग जिथे लगती है सिख हमेशा उत्थे होंदा है। समय बहुत हो चुका है। गरुड़ पुराण की गाथा धर्म अर्थ काम मोक्ष और जो जो दस्तिया कर्म की विधि अगर सपुत्र करता है साडा प्राणी मोक्ष का अधिकारी है। बच्चे ने अपने पिता के नाम के उत्ते वैसे भी दान भी धर्म भी कर्म भी परिवार है क्या कि पंडित जी कुछ दान। सब तो पहला मैं अज भी गल याद है स्वर्गीय श्री अमृत प्रकाश सहगल जी, जब भी मैं मिलते सी कहते पंडित एक गल जरूर क्या करो, घर के दुख हो या सुख हो अपने पितरिया के वास्ते शहर के कोई वड्डा अस्थान हो, चाहे मंदिर हो चाहे गुरुद्वारा हो, उत्थे लोगों ज्ञान दो कि पितरिया ने निमित देना चाहिए। जिहड़ा बंदा अपनी पितरिया का तर्पण दान पुन करता है ना, वो हमेशा वास्ते उन्हां दा लोक भी सुखी पर लोग भी सुखी। अज उन्होंने सपुत्र नरेश जी बैठे आ, ये देवी कला मंदिर बुजुर्गों ने जोड़ा एक पौधा लगाया से अज विशाल जोड़ा वो दरखत बन गया, जो कि शीतल जी के तन मन धन के नाल राजेश बिज के नाल मंदिर प्रबंधक कमेटी के सारे सदस्य बैठे आ। अज हाल देखो कि मैं बेचन गया कोई ऐसी एक वड्डी चीज अपने पिता जी के नाम के उत्ते क्या पंडित जी ठीक है। इन्नी क उस बच्चे ने अज बंद लफाफे
धन पा दिता है एसी की दो एसी भी जेडे लग सकते हैं मैं दस नहीं सकता बेटा मैं तेरा देवी कला मंदिर प्रबंधक कमेटी वालों बहुत बहुत आभार प्रकट करना वा कि जेड़ा तू ये दान दिता है। दूसरा बीर साहब सुल्तानपुर गुरु महाराज जी ने इतों मूल मंत्र का अष्टा अक्षर का जेड़ा ये अध्याय किया कई बार सुल्तानपुर मैं रविंदर जी ने भेजे प्रोग्राम के फगवाड़ा बीर साहब वास्ते भी बहुत दान दिता है और सिद्ध आश्रम प्रताप बाग वास्ते भी बहुत अधिकतर दान जेड़ा इस बच्चे ने दिता है। चिंतपुर्णी मंदिर वास्ते भी दान दिता है अपाज आश्रम कुष्ठ आश्रम पिंगलवाड़ा सतने मंदिर और दी जलंधर सिटी वेलफेयर सोसायटी वास्ते भी होर भी सब वास्ते दान दिता है और खास तौर पर महावीर मंदिर फगवाड़ा वास्ते। महावीर मंदिर फगवाड़ा एक दीवार मकान की अगे भी दान दिता है बाबा जी प्रधान जी बैठे आ उस वास्ते दिता है और सोटल मंदिर चड्डा परिवार का एक थंब है उतों ही चड्डा परिवार ने सारा कुछ पाया है चड्डा परिवार के बाकी सारे प्रधान जी बैठे आ और परमात्मा की कृपा उस बाबा सोटल जी की बनी हुई है गुप्त रूप वास्ते उत्थे भी बहुत अधिक दान जिहड़ा दिता है। होर भी किया पंडित जी जिदा पिता जी अपने हथी दान देंदे सी मैं भी उन्होंने चिन्हों के उत्ते चल के ये दान पुण करांगा। अज जिनी भी संगत इत्थे साडे कोल पहुंची है मैं जिस तरह वरिंदर जी ने कहा है कि मैं सारियां दा आभार खास तौर पर साडे केड़ी भंडारी जी ने आना सी वो नहीं पहुँच सके पर बड़ी सरकार श्री अवतार हैंडी जी वालों भी मैं श्रद्धा सुमन क्योंकि हाले थोड़े दिन हुई है खुशी का काम अविनाश जी ने कराया जिहड़ा कि घर माता की चौकी कलकत्ते बेटी आई सी शीतल जी एम डी साहब केड़ी भंडारी जी सारी संगत जी पहुंची हुई सी तुहाडे सारियां का बहुत बहुत आभार। लंगर का आयोजन है ग्रहण करना बच्चे नूं आशीर्वाद दिओ दो बार गायत्री मंत्र का उच्चारण करके आज की शुभ सभा विशद दे ओम भूर्भुवः स्वाहा भर्गो देवस्य धियो यो नाम ओम भूर्भुवः स्वाहा तत्सवितुर्देवी भर्गो देवस्य धीमहि प्रचोदया ओम जो शांतिरंतरिक्षेगम शांति पृथ्वी शांति आपा शांति औषधेया शांति वनस्पतेया शांति विश्वे शांति ब्रह्म शांति सर्वेगम शांति शांति रेव शांति सामा शांति रेशु शांति वावेदु हरि ओम शांति 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 ओम बोलकर भगवान की जय। आओ बेटा गुड़म बरादरी पगड़ी लेके आए पगड़ी के दर्शन अदा करें शांतिम ओम कस्तूरी तिलकम लाल पटले गोपाल ओम शांता मंगल बोलो महाराज बोला
ಆಮೇಲೆ ಸರ್ All right.